सत श्री अकाल। पंजाब विच चोणां दी तरीक ऐलान कर दी गई है। इलैक्शन कमिशन ने कहा है कि 14 फरवरी नूं पंजाब वोटां पाएगा ते 10 मार्च नूं काउंटिंग होएगी, यानी कि नवीं सरकार बन जाएगी 10 मार्च नूं। वैसे भी इस सरकार दी मियाद 31 मार्च नूं खत्म हो रही है। एक बार फिर दस दवां कि 14 फरवरी नूं 1 घंटा वधाती गई है वोटिंग। सो पंजाब 14 फरवरी नूं वोट पाएगा ते 10 मार्च नूं गिणती होएगी वोटां दी ते 10 मार्च नूं सानूं एक नवीं सरकार मिल जाएगी। इस रिपोर्ट विच तुहानूं उह सारा कुछ मैं दस्सण जा रहा जो हुण तों इलैक्शन दे रिजल्ट तक तुहानूं जानना जरूरी है, जो इलैक्शन कमिशन ने कुछ ही चिर पहलां एक प्रैस कॉन्फ्रेंस विच दस्सिया है। पहली ते सब तों वड्डी गल शायद इह है कि कोई फिजिकल रोड शो अज तो लैके 15 जनवरी तक बिल्कुल भी नहीं अलाउड। तो 15 जनवरी नूं कोविड दे नंबर्स, कोविड दी सिचुएशन देख के उस तो बाद इलैक्शन कमीशन तय करेगी कि 15 जनवरी तो बाद की कीता जाना है। सो कैंपेन्स ते पूरी तरह का करफ्यू है, 8 बजे तो लैके रात दे 8 बजे तक कोई भी रोड शो या रैली नहीं की जाएगी 15 जनवरी तक। एक होर इंपॉर्टेंट गल यह है कि पर कैंडीडेट जिहड़ा खर्चा है एक कॉन्स्टिट्यूएंसी ते जिहड़ा वो अपने कैंपेन च कर सकदा है वह 28 लाख तो वधा के 40 लाख कर दिता गया इस बार। तो एक बड़ा इंपोर्टेंट सवाल इलैक्शन कमीशन उस प्रेस कॉन्फ्रेंस में मीडिया वालों पूछा गया कि जब कैंपेन ते करफ्यू है तो तुम कह रहे हो डिजिटल कैंपेन करो, सो ये जिहड़ा लिमिट वधाई गई है पैसे की वो शायद कित रलदी नहीं है गल। पर इलैक्शन कमीशन ने कहा कि असी महंगाई का दर देख के सारिया चीज़ा देख के ये रेट तय किया है। सो 28 लाख तो वध के 40 लाख पर कैंडीडेट इस बार अलाउ करता है इलैक्शन कमीशन ने। हुण सच्ची किन्ना पैसा खर्च हुंदा उहदे चैक किन्ना कीता जांदा है उह गल ते इलैक्शन कमीशन ते हमेशा सवाल उठाए जांदे ने। सो इलैक्शन कमीशन ने यह भी साफ करता है कि इस बार चीफ सैक्रटरी SDM DM उस इलाके दे जो भी होणगे उन्हां ते एक्शन लिया जाएगा EC वल्लों जे कोई भी उलंघना इन्हां चीज़ां दी पाई जांदी है, कोई भी गलत तरीका या कोई भी EC दे गाइडलाइनस दे खिलाफ कोई कैंडीडेट जे जांदा है ਤਾਂ ਉਹਦੇ 'ਤੇ ਬਣਦਾ ਐਕਸ਼ਨ ਤਾਂ ਹੋਏਗਾ ਹੀ ਹੋਏਗਾ, ਪਰ ਉੱਥੇ ਦੇ CS ਚੀਫ ਸੈਕਰਟਰੀ SDM ਅਤੇ DM ਉੱਥੇ ਦੇ ਜਿਹੜੇ ਨੇ ਉਹਨਾਂ 'ਤੇ ਵੀ ਬਣਦਾ ਐਕਸ਼ਨ ਲਿਆ ਜਾਏਗਾ, ਇਹ ਕਿਹਾ ਹੈ ਇਲੈਕਸ਼ਨ ਕਮਿਸ਼ਨ ਨੇ। ਅਤੇ ਇਸ ਤੋਂ ਅੱਗੇ ਵੱਧ ਕੇ ਜਿਵੇਂ ਕੋਈ ਰੈਲੀ ਰੋਡ ਸ਼ੋਅ ਨਹੀਂ ਹੈ, ਕੋਈ ਪਬਲਿਕ ਸਭਾ ਵੀ ਨਹੀਂ ਹੋਏਗੀ, ਅਤੇ ਜਿਹੜਾ ਡੋਰ ਟੂ ਡੋਰ ਕੈਂਪੇਨ ਹੈ ਉਹਦੇ 'ਚ ਵੀ ਸਿਰਫ 5 ਬੰਦੇ ਮੈਕਸੀਮਮ ਜਾਇਆ ਕਰਨਗੇ। ਡੋਰ ਟੂ ਡੋਰ ਕੈਂਪੇਨ ਉਹ ਹੈ ਜਦੋਂ ਤੁਹਾਡੇ ਘਰ ਤੱਕ ਇੱਕ ਕੈਂਡੀਡੇਟ ਆਉਂਦਾ ਹੈ ਤੁਹਾਡੇ ਤੋਂ ਵੋਟ ਦੀ ਅਪੀਲ ਕਰਨ, ਉਹਦੇ 'ਚ 5 ਤੋਂ ਵੱਧ ਬੰਦੇ ਤੁਹਾਡੇ ਘਰੇ ਨਹੀਂ ਆਉਣਗੇ, ਅਤੇ ਸਾਰੀ ਕੋਵਿਡ ਪ੍ਰੋਟੋਕੋਲ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਫੋਲੋ ਕਰਨੀ ਹੋਏਗੀ। ਅਤੇ ਵਿਕਟਰੀ ਪ੍ਰੋਸੈਸ਼ਨ ਇਸ ਵਾਰ ਨਹੀਂ ਹੋਏਗੀ, ਬੜੀ ਵੱਡੀ ਗੱਲ ਇਹ ਹੈ ਕਿ ਬਹੁਤ ਜਸ਼ਨ ਵੱਡੇ ਵੱਡੇ ਮਨਾਏ ਜਾਂਦੇ ਨੇ, ਢੋਲ ਵਜਾਏ ਜਾਂਦੇ ਨੇ, ਅਤੇ ਜਿਹੜੇ ਵੱਡੇ ਵਿਕਟਰੀ ਪ੍ਰੋਸੈਸ਼ਨਸ ਨੇ ਕੋਈ ਵੀ ਤਰੀਕੇ ਦਾ ਵਿਕਟਰੀ ਪ੍ਰੋਸੈਸ਼ਨ ਇਸ ਵਾਰ ਅਲਾਊਡ ਨਹੀਂ ਹੋਏਗਾ। ਅਤੇ ਕੈਂਡੀਡੇਟ ਦੇ ਨਾਲ ਵੀ ਜਿਹੜੇ ਕਾਊਂਟਿੰਗ ਸੈਂਟਰਸ 'ਚ ਜਾਣਗੇ ਸਿਰਫ 2 ਵਿਅਕਤੀ ਹੀ ਕੈਂਡੀਡੇਟ ਦੇ ਨਾਲ ਜਾ ਸਕਦੇ ਨੇ। ਸੋ ਇਹ ਕੋਵਿਡ ਕਰਕੇ ਇਹੋ ਜਿਹੇ ਚੀਜ਼ਾਂ ਇਸ ਵਾਰ ਕੀਤੀਆਂ ਗਈਆਂ ਨੇ। ਪਹਿਲੀ ਵਾਰ ਭਾਰਤ ਦੀ ਹਿਸਟਰੀ 'ਚ ਹੋਏਗਾ ਕਿ ਕੈਂਪੇਨਿੰਗ 'ਤੇ ਇਸ ਵਾਰੀ ਪਾਬੰਦੀ ਹੈ, ਪਰ ਉਹ ਕੋਵਿਡ ਕਰਕੇ ਹੈ। ਡਿਜੀਟਲ ਕੈਂਪੇਨਸ ਨੂੰ EC ਕਹਿ ਰਹੀ ਹੈ ਕਿ ਉਹ ਪ੍ਰਮੋਟ ਕਰਨਾ ਚਾਹੁੰਦੇ ਨੇ। ਸੋ ਪ੍ਰੋਟੋਕੋਲ ਸਾਰੇ ਫੋਲੋ ਕੀਤੇ ਜਾਣਗੇ, ਅਤੇ ਇੱਕ ਅੰਡਰਟੇਕਿੰਗ ਵੀ ਲਈ ਜਾਏਗੀ ਹਰ ਕੈਂਡੀਡੇਟ ਤੋਂ ਕਿ ਉਹ ਕੋਵਿਡ ਸਪੈਸੀਫਿਕ ਬਿਹੇਵੀਅਰ ਜਾਂ ਕੋਵਿਡ ਦੇ ਨਾਲ ਜਿੰਨੀਆਂ ਵੀ ਜੁੜੀਆਂ ਹੁੰਦੀਆਂ ਨੇ ਗਾਈਡਲਾਈਨਸ ਉਹਨਾਂ ਨੂੰ ਫੋਲੋ ਕਰਨਗੇ ਉਸ ਇਲਾਕੇ ਦੀ। ਅਤੇ ਪੋਲਿੰਗ ਸਟਾਫ ਜਿਹੜਾ ਇਸ ਵਾਰ ਜਿਹੜਾ ਸਾਡੀ ਵੋਟ ਪਹੁੰਚ ਮਦਦ ਕਰਦਾ ਹੈ, ਜਿਹੜਾ ਬੂਥਸ ਵਿੱਚ ਬੈਠਾ ਹੁੰਦਾ ਹੈ, ਉਹਨਾਂ ਨੂੰ ਫਰੰਟ ਲਾਈਨ ਵਰਕਰਸ ਦੇ ਤੌਰ 'ਤੇ ਟ੍ਰੀਟ ਕੀਤਾ ਜਾਏਗਾ, ਜਿਹੜਾ ਮੈਨੂੰ ਲੱਗਦਾ ਬਹੁਤ ਹੀ ਅੱਛੀ ਗੱਲ ਹੈ। ਪੋਲਿੰਗ ਟਾਈਮ ਮੈਂ ਤੁਹਾਨੂੰ ਦੱਸਿਆ 1 ਘੰਟਾ ਵੱਧ ਚੁੱਕਿਆ। ਅਤੇ ਬਹੁਤ ਜ਼ਰੂਰੀ ਗੱਲ, ਬਾਰ ਬਾਰ ਹੇਟ ਸਪੀਚ ਜਿਹੜੀ ਹੈ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾ ਰਿਹਾ ਨਫ਼ਰਤ ਫੈਲਾਉਣ ਲਈ, EC ਨੇ ਖਾਸ ਕਿਹਾ ਕਿ ਸੋਸ਼ਲ ਮੀਡੀਆ ਨੂੰ ਅੱਛੀ ਤਰ੍ਹਾਂ ਮੋਨੀਟਰ ਕੀਤਾ ਜਾਏਗਾ। ਇਹਦੀ ਐਗਜ਼ੀਕਿਊਸ਼ਨ 'ਤੇ ਅਸੀਂ ਹਮੇਸ਼ਾ ਸਵਾਲ ਉਠਾ ਸਕਦੇ ਹਾਂ, ਅੱਗੇ ਵੀ ਉੱਠਦੇ ਨੇ, ਇਸ ਪ੍ਰੈਸ ਕਾਨਫਰੰਸ 'ਚ ਵੀ ਮੀਡੀਆ ਨੇ ਸਵਾਲ ਉਠਾਏ, ਲੇਕਿਨ EC ਨੇ ਜ਼ਰੂਰ ਆਪਣੇ ਵੱਲੋਂ ਇਹ ਕਿਹਾ ਕਿ ਸੋਸ਼ਲ ਮੀਡੀਆ ਨੂੰ ਮੋਨੀਟਰ ਕੀਤਾ ਜਾਏਗਾ ਅਤੇ ਹੇਟ ਸਪੀਚਿਸ ਨੂੰ ਡਿਸਕਰੇਜ ਕੀਤਾ ਜਾਏਗਾ। ਤੁਹਾਨੂੰ ਇੱਕ ਵਾਰੀ ਵੈਸੇ ਦੱਸ ਦੇਵਾਂ ਕਿ 7 ਚਰਨਾਂ ਵਿੱਚ 5 ਸਟੇਟਾਂ ਦੀ ਵੋਟਾਂ ਹੋਣੀਆਂ ਨੇ, ਜਿਹੜੀਆਂ 10 ਫਰਵਰੀ ਤੋਂ ਸ਼ੁਰੂ ਹੋਣਗੀਆਂ, ਲੇਕਿਨ ਪਹਿਲਾ ਚਰਨ ਜਿਹੜਾ ਹੈ 10 ਫਰਵਰੀ ਨੂੰ ਉਹ UP ਤੋਂ ਸ਼ੁਰੂ ਹੋ ਰਿਹਾ, ਜਿਹਦੇ 7 ਚਰਨਾਂ 'ਚ ਹੈ। ਪੰਜਾਬ ਦੀ 1 ਚਰਨ 'ਚ ਵੋਟਿੰਗ ਹੋਏਗੀ ਜਿਹੜੀ 14 ਫਰਵਰੀ ਨੂੰ ਹੈ। ਨੋਟੀਫਿਕੇਸ਼ਨ ਇਸ਼ੂ ਕੀਤੀ ਜਾਏਗੀ 21 ਜਨਵਰੀ ਨੂੰ, ਪੰਜਾਬ ਦੀ ਇਲੈਕਸ਼ਨ ਲਈ 21 ਜਨਵਰੀ ਨੂੰ ਨੋਟੀਫਿਕੇਸ਼ਨ ਇਸ਼ੂ ਕੀਤੀ ਜਾਏਗੀ। 28 ਜਨਵਰੀ ਆਖਰੀ ਤਰੀਕ ਹੈ ਜਦ ਤੱਕ ਨੋਮੀਨੇਸ਼ਨ ਭਰ ਸਕਦਾ ਹੈ ਕੋਈ ਵੀ ਕੈਂਡੀਡੇਟ ਇਹਨਾਂ ਇਲੈਕਸ਼ਨ ਲਈ। 29 ਤਰੀਕ ਨੂੰ ਉਹਦੀ ਸਕਰੂਟਨੀ ਕੀਤੀ ਜਾਏਗੀ ਅਤੇ 31 ਜਨਵਰੀ ਆਖਰੀ ਤਰੀਕ ਹੋਏਗੀ ਜਦੋਂ ਕੈਂਡੀਡੇਟ ਵਿਦਡਰਾਅ ਕਰ ਸਕਦਾ ਹੈ ਆਪਣੀ ਇਲੈਕਸ਼ਨ ਜਾਂ ਆਪਣਾ ਕੈਂਡੀਡੇਚਰ। ਅਤੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦੇਵਾਂ
14 फरवरी नूं पंजाब विच चोणां ने 10 मार्च नूं काउंटिंग की जाएगी, रिजल्ट पता लगेगा 15 जनवरी तक, जिवें कि मैं कहा कैंपेनिंग ते पाबंदी है। 15 जनवरी तो बाद इलैक्शन कमीशन रिव्यू करेगा सिचुएशन, हो सकता है पाबंदी अगे भी चले जे नंबर वधदे रहणे, इलैक्शन कमीशन ने कहा है, पर 15 जनवरी नूं रिव्यू किया जाएगा कि इस तो बाद की होएगा। इस ए मैं लगता मैं तुहानूं सारी इनफॉर्मेशन देती है जिहड़ी जरूरी है तुहानूं जाननी इस इलैक्शन बारे। तुसीं जुड़े रहो पंजाब टुडे दे नाल।